ਪੰਜਾਬ ਤੇ ਯੂਥ ਵਿੱਚ ਬਹੁਤ ਜ਼ਿਆਦਾ એનર્ਜੀ ਹੈ ਤੇ ਕ੍ਰੈਡੀਬਿਲਟੀ ਵੀ ਹੈ ਪਰ ਇਹਨਾਂ ਦੀ ਨਹੀਂ ਵੇਖਣ ਵਿੱਚ ਇਹੀ ਆ ਰਿਹਾ ਵੀ ਇਹ ਜਿਹੜਾ ਯੂਥ ਹੈ ਇਹ ਟੀਰਾ ਵਿੱਚ ਆਪਸੀ ਲੜਾਈ ਝਗੜੇ ਵਿੱਚ ਫਸੇ ਹੋਈ ਹੈ ਤੇ ਪਿਛਲੇ 5 ਤਰੀਕ ਦੀ ਗੱਲ ਕਰ ਲਈਏ ਤਾਂ ਗੁਰਦੁਆਰਾ ਤੂਦ ਸਾਹਿਬ ਦੇ ਬਾਹਰ ਸੁਲਤਾਨਪੁਰ ਰੋਡ ਤੇ ਥਾਣਾ ਬੀਡੂ ਜਿੰਦਾ ਮਾਮਲਾ ਆ ਜਿੱਥੇ ਕਿ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਸਿਰਫ 22 ਸਾਲ ਦਾ ਨੌਜਵਾਨ ਸੀਗਾ ਜਾਂ ਜਿਹੜੇ આરોપી ਨੇ ਪੁਲਿਸ ਵੱਲੋਂ ਲੁਧਿਆਣਾ ਤੋਂ ਤਰਦ ਪਹੁੰਚੇ ਜਾਂਦੇ ਨੇ ਤਾਂ ਮੇਰੇ ਨਾਲ ADCP 3 ਪ੍ਰਗਿਆ ਜੈਨ मैम ਨੇ ਉਹਨਾਂ ਨਾਲ ਗੱਲਬਾਤ ਕਰ ਲੈਣੀ ਪੂਰਾ ਮਾਮਲਾ मैम ਹੈ ਕਿ ਸੀਗਾ ਜੀ 5 ਤਰੀਕ ਨੂੰ ਸ਼ਾਮੀ ਸਾਡੇ ਕੋਲ ਇਨਫੋਰਮੇਸ਼ਨ ਆਈਗੀ ਦੋ ਗਰੁੱਪਸ ਦੇ ਵਿੱਚ ਲੜਾਈ ਝਗੜਾ ਹੋ ਗਿਆ ਇੱਕ ਮਾਮੂਲੀ ਜੀ ਗੱਲ ਨੂੰ ਲੈ ਕੇ ਜਿਹੜਾ ਅਨਫੋਰਚੂਨੇਟਲੀ ਐਸਕੇਲੇਟ ਹੋ ਗਿਆ ਗੋਲੀ ਵਜੀ ਤੇ ਇੱਕ ਯੰਗ ਨੌਜਵਾਨ ਉਹਦੀ ਡੈਥ ਹੋ ਗਈ ਪੁਲਿਸ ਇਮੀਡੀਏਟਲੀ ਐਕਟਡ 올 ਦਾ ਸੀਨੀਅਰ ਆਫਿਸਰਸ ਵੀ ਰੀਚਡ ਔਨ ਦਾ ਸਪੌਟ ਵਰਕ ਵਰਕ ਟੀਮਾਂ ਬਣਾਈਆਂ ਗਈਆਂ ਐਫ ਆਈ ਆਰ ਇਮੀਡੀਏਟਲੀ ਰਜਿਸਟਰ ਹੋਈ ਐਸ ਪਰ ਦਾ ਸਟੇਟਮੈਂਟਸ ਆਫ ਦਾ ਫੈਮਿਲੀ ਮੈਂਬਰਸ ਐਂਡ ਜਿਹੜੇ ਬੰਦੇ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕੀਤਾ ਗਿਆ ਬਹੁਤ ਹੀ ਮੈਟੀਕੁਲਸ ਇਨਵੈਸਟੀਗੇਸ਼ਨ ਕਰਦੇ ਹੋਏ ਤੇ ਕੱਲੇ-ਕੱਲੇ ਬੰਦੇ ਤੇ ਰੇਡਸ ਕੀਤੀਆਂ ਗਈਆਂ ਤੇ ਉਹਨਾਂ ਦੀ ਚੇਸ ਕਰਦੇ ਉਹਨਾਂ ਦਾ ਪਿੱਛਾ ਕਰਦੇ ਹੋਏ ਵੀ ਰੀਚ ਲੁਧਿਆਣਾ ਐਂਡ ਉਧਰੋਂ ਫਿਰ ਫਾਈਨਲੀ ਇਹਨਾਂ ਵਿੱਚੋਂ ਤਿੰਨ ਬੰਦਿਆਂ ਨੂੰ ਇਨ ਦਾ ਨੈਕਸਟ 12 ਆਰਸ ਵੀ ਅਰੈਸਟਡਡ ਮੈਮ ਉੱਥੇ ਇੱਕ ਪੁਲਿਸ ਵਾਲੇ ਦੀ ਵੀ ਗੱਡੀ ਥੀ ਡੈਸ਼ਬੋਰਡ ਤੇ ਵੀ ਗੋਲੀ ਲੱਗੀ ਸੀ ਕਿੰਨੇ ਗਨ ਸ਼ਾਟ ਹੋਏ ਸੀ ਉੱਥੇ ਦੇਖਿਏ ਕੁਦਰਤੀ ਜਿਹੜਾ ਪੁਲਿਸ ਮੁਲਾਜ਼ਮ ਸੀ ਉੱਥੇ ਮੌਕੇ ਤੇ ਖੜਾ ਸੀ ਔਰ ਉਹਦੀ ਗੱਡੀ ਵੀ ਉੱਥੇ ਖੜੀ ਸੀ ਤੋ ਜਦੋਂ ਲੜਾਈ ਝਗੜਾ ਹੁੰਦਾ ਹੈ ਤੇ ਗੋਲੀ ਕਿਤੇ ਵੀ ਜਾ ਸਕਦੀ ਹੈ ਤਾਂ ਇਹ ਗੋਲੀ ਜਿਹੜੀ ਹੈਗੀ ਉਹਦੀ ਗੱਡੀ 'ਚ ਹਿੱਟ ਹੋਈ ਸੀ ਉਹ 'ਚ ਕੋਈ ਕਿੰਨੇ ਗਨ ਸ਼ਾਟ ਹੋਏ ਸੀ ਇਹ ਇਟ ਇਜ਼ ਬੀਂਗ ਅ ਸਰਟਨ ਜੀ ਉਹ ਲੜਾਈ ਝਗੜਾ ਜਦੋਂ ਹੁੰਦਾ ਹੈ ਤੇ ਫਿਰ ਬੋਲੀਆਂ ਜਿਹੜੀ ਬਹੁਤ ਜ਼ਿਆਦਾ ਫਾਇਰ ਨਹੀਂ ਦੋ ਤਿੰਨ ਫਾਇਰ ਹੋਏ ਹੋਣੇ ਜੀ ਇਸ ਦੇ ਪਿੱਛੇ ਰਾਈ ਦਾ ਝਗੜੇ ਦਾ ਕਾਰਨ ਕੀ ਰਿਹਾ ਹੈ ਲੜਾਈ ਝਗੜੇ ਦਾ ਜਿਹੜਾ ਇਮੀਡੀਏਟ ਟ੍ਰਿਗਰਿੰਗ ਫਲੈਸ਼ ਪੁਆਇੰਟ ਸੀ ਉਹ ਤਾਂ ਪਤੰਗਵਾਜ਼ੀ ਨੂੰ ਲੈ ਕੇ ਟਕਰਾਅ ਸੀ ਹੂੰ ਤੇ ਇਸ ਵਿੱਚ ਕਿੰਨੇ ਬੰਦੇ ਇਨਵੋਲਵ ਸੀਗੇ ਕਿੰਨੇ ਬਾਈ ਨੇਮ ਪਰਚਾ ਹੋਇਆ ਕਿੰਨੇ ਬੰਦੇ ਤੁਸੀਂ ਅਰੈਸਟ ਕਰ ਲਏ ਔਰ ਕਿੰਨੇ ਬੰਦੇ ਅਰੈਸਟ ਕਰਨੇ ਬਾਕੀ ਚਾਰ ਬੰਦੇ ਜੀ ਬਾਈ ਨੇਮ ਇਹਦੇ ਵਿੱਚ ਇਹਨਾਂ ਤੇ ਪਰਚਾ ਹੋਇਆ ਉਹਨਾਂ ਵਿੱਚੋਂ ਤਿੰਨ ਨੂੰ ਇਨ ધ ਨੈਕਸਟ 12 ਆਵਰਸ ਅਰੈਸਟ ਕੀਤਾ ਗਿਆ ਹੈ ਬਾਕੀ ਜਿਹੜੇ ਨੇ ਅਣਪਛਾਤੇ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਲਿਆ ਗਿਆ ਹੈ ਥਰੂ ਟੈਕਨੀਕਲ ਇਨਵੈਸਟੀਗੇਸ਼ਨਸ ਐਂਡ 올 ਆਫ 뎀 ਵਿਲ ਬੀ ਪੁਟ ਬਿਹਾਈਂਡ 바ਰ ਸੂਨ ਔਰ ਉਪੀ ਜਿਹੜੇ ਸੀਗੇ ਲੁਧਿਆਣੇ ਪਹੁੰਚ ਗਏ ਸੀਗੇ ਕੀ ਹੋਰ ਅੱਗੇ ਜਾਣ ਦੀ ਫਿਰਕ ਵਿੱਚ ਸੀਗੇ ਜੀ ਉਹ ਸਾਰਾ ਹਲੇ ਮੈਟਰ ਆਫ ਇਨਵੈਸਟੀਗੇਸ਼ਨ ਬਟ ਯੈਸ ਜਿਹੜੀ ਵੀ ਗੱਲ ਉਹ ਸਾਨੂੰ ਦੱਸ ਰਹੇ ਆ ਹਲੇ ਦੇ ਆਰ ਅੰਡਰ ਆਰ ਕਸਟਡੀ ਫੋਰ ਦ ਨੈਕਸਟ 2 ਡੇਸ ਸੋ ਵੀਲ ਬਿਲਡ ਔਨ ਇਟ ਐਂਡ ਅਰੈਸਟ ਦ ਰਿਮੇਨਿੰਗ ਵਨਸ ਸੀਸੀਟੀਵੀ ਵੀ ਸਾਹਮਣੇ ਆਈ ਸੀ ਮੈਮ ਕਾਫੀ ਜ਼ਿਆਦਾ ਉਹ ਵਿੱਚ ਯੋਵਾ ਨਜ਼ਰ ਆ ਰਹੇ ਸੀਗੇ ਕੀ ਸਾਰਿਆਂ ਦੇ ਪਰਚਾ ਦਰਜ ਹੋਇਆ ਦੇ ਹੈਵ ਬੀਨ ਆਈਡੈਂਟੀਫਾਈਡ ਜੀ ਰੂਲ ਸਟੈਬਲਿਸ਼ ਕਰਨ ਤੋਂ ਬਾਅਦ ਬੰਦੇ ਫੜੇ ਜਾਣਗੇ ਔਰ ਨੈਸੈਸਰੀ ਐਕਸ਼ਨ ਵੀ ਟੇਕਨ ਜੀ ਤੇ ਮੈਮ ਕੀ ਕਾਰਵਾਈ ਹੁਣ ਕੀਤੀ ਜਾ ਰਹੀ ਹੈ ਇਹਨਾਂ ਦੇ ਖਿਲਾਫ ਕੋਈ ਰਿਮਾਂਡ ਵਗੈਰਾ ਲਿਆ ਗਿਆ ਜੀ 2 ਦਿਨਾਂ ਦਾ ਰਿਮਾਂਡ ਹੈ ਜੀ ਇਹਨਾਂ ਦਾ ਔਰ ਅੱਗੇ ਵੀ ਜਿਵੇਂ ਜੋ ਜਿਸ ਤਰ੍ਹਾਂ ਦੀ ਗੱਲ ਬਣੂਗੀ ਉਦਾਂ ਕਰਾਂਗੇ ਦੇਖਣ ਚਾਰੇ ਆਕਸਰ ਨੌਜਵਾਨ ਜਿਹੜੇ ਨੇ ਉਹ ਟਾਲੀਆਂ ਬਣਾ ਕੇ ਜਿਹੜਾ ਕਿ ਲੜਾਈ ਝਗੜੇ ਕਰ ਰਹੇ ਨੇ ਕਿਉਂਕਿ ਇਹ ਵੀ ਜਿਹੜਾ ਸੀਗਾ ਇੱਕ ਗਰੁੱਪ ਵਾ ਸੀ ਦਾ ਮਾਮਲਾ ਸੀਗਾ ਪਤੰਗ ਬਾਜ਼ੀ ਤੋਂ ਜਿਹੜਾ ਕਿ ਟੌਂਟ ਬਾਜ਼ੀ ਸ਼ੁਰੂ ਹੋ ਗਈ ਤੇ ਟਾਈਮ ਪਾ ਕੇ ਇਹ ਉੱਥੇ ਸੁਲਤਾਨਪੁਰ ਲੋੜ ਤੇ ਮਿਲੇ ਨੇ ਤੇ ਮੈਮ ਕੀ ਨਸੀਹਤ ਦੇਣਾ ਚਾਹੋਗੇ ਨੌਜਵਾਨਾਂ ਨੂੰ ਜਿਹੜੇ ਅਜੇ ਝਗੜੇ ਕਰਦੇ ਨੇ ਉਸ ਤੋਂ ਬਾਅਦ ਜਦੋਂ ਇੱਕ ਬੰਦੇ ਦਾ ਜਾਨ ਗਵਾ ਬੈਠਾ ਤੇ ਜਿਹੜੇ ਮਾਰੇ ਜਿਨ੍ਹਾਂ ਨੇ ਸੀਗੇ ਹਤਿਆਰ ਰੋਪੇ ਉਹਨਾਂ ਦੇ ਵੀ ਹੁਣ ਸਾਰੀ ਜ਼ਿੰਦਗੀ ਜੇਲ੍ਹ ਵਿੱਚ ਜਾਊਗੀ ਦੇਖੀ ਜੀ ਥਿਸ ਇਜ਼ ਅ ਮੈਸੇਜ ਟੂ ਆਲ ਦਾ ਯੰਗ ਪੀਪਲ ਕਿ ਆਪਾਂ ਆਪਣੀ એનર્ਜੀਜ਼ ਜਿਹੜੀਆਂ ਹੈਗੀ ਉਹ ਇੱਕ ਪੋਜ਼ਿਟਿਵ ਡਾਇਰੈਕਸ਼ਨ 'ਚ ਚੈਨਲਾਈਜ਼ ਕਰੀਏ ਆਪਾਂ ਖੇਡਾਂ ਵਿੱਚ ਤੁਰੀਏ ਆਪਾਂ ਪੜ੍ਹਾਈ 'ਚ ਧਿਆਨ ਲਾਈਏ ਆਪਾਂ ਕੁਝ ਕੰਮ ਧੰਦੇ ਤੇ ਲੱਗੀਏ ਤੇ ਆਪਣੀ ਫੈਮਿਲੀ ਨੂੰ ਸਪੋਰਟ ਕਰੀਏ ਬਿਕਾਜ਼ ਅਗਰ ਇਸ ਵਾਲੇ ਪੁੱਠੇ ਪਾਸੇ ਜਾਣਗੇ ਤੇ ਇਹਦਾ ਤੇ ਹਸ਼ਰ ਇਹੀ ਹੋਣਾ ਐਂਡ ਵੀ ਵਿਲ ਨਾਟ ਟੋਲਰੇਟ ਐਨੀਥਿੰਗ ਆਫ ਸੱਚ ਸੌਰਟ ਐਟ ਆਲ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੇ ਸੀਪੀ ਸਰ ਦੀ ਐਂਡ ਉਹਨਾਂ ਦੇ ਡਾਇਰੈਕਸ਼ਨਸ ਹੈ ਏਹ ਟ ਹੀ ਆਪਾਂ ਇੱਥੇ ਕੰਮ ਕਰ ਰਹੇ ਆ ਪੇਰੈਂਟਸ ਨੂੰ ਵੀ ਮੈਂ ਇੱਕ ਇਹ ਅਪੀਲ ਜ਼ਰੂਰ ਕਰਾਂਗੀ ਕਿ ਆਪਾਂ ਮਾੜਾ ਮੋਟਾ ਜਨਾ ਇੱਕ ਵਾਰ ਦੇਖਾ ਕਰੀਏ ਕਿ ਸਾਡੇ ਜਿਹੜੇ ਬੱਚੇ ਹੈ ਉਹਨਾਂ ਦੀ ਕੰਪਨੀ ਕੀ ਹੈ ਉਹ ਕਿਸ ਤਰ੍ਹਾਂ ਦੇ ਗਰੁੱਪਸ ਨਾਲ ਉਹ ਤੁਰਦੇ ਨੇ ਫਿਰਦੇ ਨੇ ਵਿਚਰਦੇ ਨੇ ਇੱਕ ਪੈਰੈਂਟਲ ਮੋਨਿਟਰਿੰਗ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਸੇਫਗਾਰਡ ਹੋ ਸਕਦਾ ਹੈ ਆਪਣੇ ਬੱਚਿਆਂ ਦੇ ਭਵਿੱਖ ਵਾਸਤੇ ਮੈ ਮੇਨ ਦੀ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈ ਜਿਹੜੇ ਤਿੰਨ ਬੰਦੇ ਤੁਸੀਂ ਅਰੈਸਟ ਕੀਤੇ ਨੇ ਇਹਨਾਂ ਵਿੱਚੋਂ ਜੀ ਦੋ ਤੇ ਇੱਕ ਪਰਚਾ ਹੈ ਬੀ ਡਿਵੀਜ਼ਨ ਥਾਣੇ 8 ਅਕਤੂਬਰ ਮਹੀਨੇ ਚ ਪਰਚਾ ਹੋਇਆ ਸੀ ਅੰਡਰ ਸਟ੍ਰਿੰਜੈਂਟ ਸੈਕਸ਼ਨਸ ਉਹ ਚ ਇਹਨਾਂ ਦੀ ਅਰੈਸਟ ਵੀ ਹੋਈ ਸੀ ਜੋ ਬੰਦੀ ਕਾਰਵਾਈ ਸੀ ਉਹ ਪੁਲਿਸ ਨੇ ਉਸ ਵੇਲੇ ਕੀਤੀ ਸੀ ਇਹਨਾਂ ਦੀ ਏਜ ਦੀ ਗੱਲ ਕਰ ਲਈ ਤੇ ਕਿੰਨੇ ਕਨੇ ਸਾਲ ਦੇ ਨੇ ਅ 20 ਟੂ 25 ইয়ার্স ਦੋ ਜਿਹੜੇ ਬੰਦੇ ਨੇ ਤੇ ਇੱਕ ਜਿਹੜਾ ਸ਼ਮਸ਼ੇਰ ਸਿੰਘ ਸ਼ੇਰਾ ਹੀਜ਼ 45 ਸ਼ਮਸ਼ੀਰ ਸ਼ੇਰ ਦਾ ਬੇਟਾ ਵੀ ਨਾਲ ਸੀ ਇਹਦੇ ਵਿੱਚ ਹਾਂਜੀ ਆਦਿਤਿਆ ਬੇਦੀ ਜੀ ਜੇ ਹੁਣ ਇਹਨਾਂ ਦਾ ਰਿਮਾਂਡ ਲੈ ਲਿਆ ਹਾਂਜੀ ਰਿਮਾਂਡ ਲੈ ਲਿਆ ਕਰ ਰਹੇ ਇਨਵੈਸਟੀਗੇਸ਼ਨ ਕਰ ਬਿਲਕੁਲ ਜੀ 12 ਘੰਟਿਆਂ ਦੇ ਅੰਦਰ ਅੰਦਰ ਪੁਲਿਸ ਵੱਲੋਂ ਜਿਹੜੇ ਕੀ ਇਸ ਗੋਲੀकांड ਦੇ આરોપી ਸੀਗੇ ਉਹਨਾਂ ਨੂੰ ਲੁਧਿਆਣਾ ਤੋਂ ਧਰਤ ਪੋਚਿਆ ਗਿਆ ਪਰ ਵੱਡਾ ਸਵਾਲ ਇਹੀ ਹੈ ਸਾਡੇ ਪੰਜਾਬ ਦੀ ਨੌਜਵਾਨੀ ਕਿਹੜੇ ਪਾਸੇ ਤੁਰ ਪਈ ਹੈ ਜੇਕਰ ਨੌਜਵਾਨ ਆਪਣੀ એનર્ਜੀ ਨੂੰ ਵਧੀਆ ਤਰੀਕੇ ਨਾਲ ਚੈਨਲਾਈਜ਼ ਕਰਨ ਕਾਰੋਬਾਰ ਕਰਨ ਖੇਡਾਂ ਵਿੱਚ ਪਾਰਟਿਸਿਪੇਟ ਕਰਨ ਤਾਂ ਵੱਖਰੇ ਤੇ ਨਰੋਏ ਸਮਾਜ ਦੀ ਸਥਾਪਨਾ ਵੀ ਹੋ ਸਕਦੀ ਹੈ ਪਰ ਹੁਣ ਤਾਂ ਇੱਕ ਜਿਹੜਾ ਹਰਮਨ ਹੈ ਜਿਸ ਦੀ ਡੈਥ ਹੋ ਚੁੱਕੀ ਹੈ ਉਹ ਆਪਣੀ ਜਾਨ ਗਵਾ ਚੁੱਕਾ ਹੈ ਤੇ ਉਸ ਦੇ ਮਾਤਾ ਪਿਤਾ ਜਿਹੜੇ ਕਿ ਹੁਣ ਉਹ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਦੂਜੇ ਪਾਸੇ ਜਿਹੜੇ ਹਤਿਆਰੋਹੀ ਨੇ ਹੁਣ ਉਹਨਾਂ ਨੂੰ ਵੀ ਆਪਣੀ ਸਾਰੀ ਜ਼ਿੰਦਗੀ ਜਿਹੜੀ ਕਿ ਉਹ ਜੇਲ੍ਹ ਦੀ ਇਖਲਾਕਾਂ ਦੇ ਪਿੱਛੇ ਹੀ ਕੱਟਣੀ ਪਵੇਗੀ ਇਸ ਕਰਕੇ ਗੁੱਸੇ ਦੇ ਵਿੱਚ ਕੋਈ ਵੀ ਕਦਮ ਜਿਹੜਾ ਪੁੱਟਿਆ ਜਾਂਦਾ ਹੈ ਉਹ ਕਿਤਨਾ ਕਿਤੇ ਵੱਡਾ ਨੁਕਸਾਨ ਜਿਹੜਾ ਕਿ ਉਹ ਪੰਚੰਦਾਤੀ ਇਸ ਮਾਮਲੇ ਵਿੱਚ ਵੀ ਇਹੀ ਵੇਖਣ ਨੂੰ ਮਿਲ ਰਿਹਾ ਹੈ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਰਸਨੀਚਾ ਜਾਨਿਕ ਸੂਰਤੀਵੀ ਅੰਮ੍ਰਿਤਸਰ